ਅਸਾਂ ਉਹਨਾਂ ਅੱਗੇ ਆਖਿਆ ਸੀ ਵੀ ਵਰਕ ਆਰਡਰ ਭੇਜੋ, ਉਹਨਾਂ ਸਿਰਫ ਅਸਾਂ ਕਿ ਚਾਹ ਸਫਿਆਂ ਪਰ ਟੈਂਪਰੇਰੀ ਤੁਰਕਾਈ ਦਾ ਭੇਜ ਛੋੜਿਆ। ਇਹ ਚੀਜ਼ ਨਹੀਂ ਅਸਾਂ ਕਿ ਇਹ ਦੱਸਿਆ ਜਾਏ ਵੀ ਡੰਗੇ ਕਹਿ ਮਯਾਰ ਹੈ, ਕਿਤਨੀ ਬਾਜਰੀ ਦੀ ਰੇਸ਼ੋ ਹੈ, ਸੀਮਿੰਟ ਦੀ ਕਿਤਨੀ ਰੇਸ਼ੋ ਹੈ। ਮੈਂ ਸੋਚਦਾ ਕੋ ਕਿ ਪੱਥਰ ਜਿਹੜਾ ਹੁਣ ਦਾ ਹੈ ਇਹ ਮਜ਼ਬੂਤ ਬਣੇ ਪਏ, ਲੇਕਿਨ ਮੈਂ ਇੱਕ ਚੀਜ਼ ਨੋਟ ਕੀਤੀ ਹੈ ਇਸ ਸਾਈਡ ਸੋਚਦਾ ਕੋ ਜਨਾਬ ਤਰੋੜੇ ਵੀ ਤੁਨੇ ਜਾਣੇ ਇਹ ਤੱਕ ਨਹੀਂ ਪਏ ਹੋ, ਤਰੋੜੇ ਤਾਂ ਕਹਿ ਕੇ ਇਸਨੇ ਬਣੇ ਵਿੱਚ। ਵੀ ਰਿਕੁਐਸਟ ਹੈ ਵੀ ਤੁਸੀਂ ਜਿਹੜੀ ਰੋਡ ਦਿੱਤੀ ਹੈ ਅਤੇ ਮਹਿਕਮੇ ਕੀ ਤੁਸੀਂ ਅਖਤਿਆਰ ਬਣਾਇਆ ਵਾ, ਉਹਨੂੰ ਡਿਊਟੀ ਲਓ ਬਈ, ਇਸ ਦੇ ਪਰ ਕੜੀ ਨਿਗਰਾਨੀ ਕਰਾਂ। ਅਸਲਾਮ ਵਾਲੇਕੁਮ ਪਬਲਿਕ, ਕੀ ਹਾਲ ਆ ਸੋ ਸਾਰਿਆਂ ਦਾ? ਠੀਕ ਠਾਕ ਹੋ? ਮੈਂ ਚੌਧਰੀ ਅਨੀਸ, ਸਦ ਕੀ ਰਿਹਾ ਯੂਟਿਊਬ ਚੈਨਲ ਅਨੀਸ ਸਕੁਆਡ। ਪਬਲਿਕ ਜਗ੍ਹਾ ਸਭ ਪਛਾਣੀ ਕਹਿੰਦੀ ਉਸੀ ਇਸ ਰੋਡਾਂ ਮੈਂ ਖਲਾਂ ਸਭ ਪਛਾਣੀ ਜਾਇਆ ਕਰੋ, ਇਹ ਜਿਹੜੀ ਇਤਨੀ ਖਰਾਬ ਜਿਹੜੀ ਰੋਡਾਂ ਸਾਰੀ ਹੈ। ਰੀਸੈਂਟਲੀ ਉਸੇ ਪਤਾ ਅਲਹਮਦੁਲਿਲਾ ਇਸ ਰੋਡਾਂ ਦਾ ਜੋ ਕੰਮ ਹੈ ਉਹ ਸ਼ੁਰੂ ਹੋਇਆ ਆ, ਔਰ ਮੈਂ ਇੱਕ ਵੀਡੀਓ ਨਾ ਬਣਾਈ ਸੀ ਕਿਹਾ, ਲੇਕਿਨ ਇੱਕ ਮਾਮਲਾ ਜਿਹੜਾ ਚੱਲਿਆ ਸੀ ਇਸਨੂੰ ਬਾਹੂ ਵੀ ਹੈਗਾ ਉਸ ਜਿਹੜਾ ਕਿ ਰੋਡਾਂ ਦਾ ਮਾਮਲਾ ਸੀ, ਔਰ ਉਸ ਮਾਮਲੇ ਅੰਦਰ ਕਿਆ ਹੋਇਆ ਕਿ ਰੋਡਾਂ 'ਚ ਨਾਕਸ ਕੰਮ ਹੋ ਹੀ ਰਿਹਾ ਸੀ, ਔਰ ਕਾਫੀ ਪਬਲਿਕ ਪੁੱਛ ਹੀ ਰਹੀ ਸੀ ਕਿ ਹੁਣ ਰੋਡਾਂ ਦਾ ਜੋ ਕੰਮ ਹੈ ਉਹ ਕਿਸਾ ਹੋ ਰਿਹਾ ਵੈ, ਔਰ ਨਿਊਜ਼ ਵੀ ਸਭ ਬੁੱਝੀ ਹੋਈ ਸੀ। ਆ ਜਨਾਬ ਫਾਈਨਲੀ ਸਾਡੀ ਵੀਡੀਓ ਇਸਨੇ ਜੁੜੀ ਆ, ਔਰ ਇਸ ਵਲੋਗ ਦੇ ਅੰਦਰ ਮੈਂ ਤੁਸੀਂ ਦੱਸਣੇ ਜੁੜਿਆ ਕਿ ਇਸ ਟਾਈਮ ਸਾਡੀ ਜਿਹੜੀ ਰੋਡਾਂ ਦਾ ਕੰਮ ਹੋ ਹੀ ਰਿਹਾ ਨਹੀਂ ਹੋ ਰਿਹਾ, ਔਰ ਕਿਹੋ ਹੀ ਰਿਹਾ ਆ, ਕਿਉਂਕਿ ਕਾਫੀ ਜ਼ਿਆਦਾ ਪਿੱਛੇ ਰੋਲਾ ਸੀ। ਸੋ ਅੱਜ ਨਹੀਂ ਵਲੋਗ ਦੇ ਅੰਦਰ ਤੁਸੀਂ ਦੱਸਣੇ ਜੁੜੇ ਹਾਂ ਦੁਨੀਆ ਜਿੱਦਾਂ ਜਿਹੜੀ ਰੋਡ ਹੈ ਉਸ ਕੰਮ ਕਾਜ ਕਿਹੋ ਹੋ ਰਿਹਾ, ਔਰ ਕਿਹੜੀ ਕਿਹੜੀ ਜਗ੍ਹਾ ਹੋ ਰਿਹਾ ਵੈ। ਇੱਕ ਦੋ ਜਨਾਬ ਮੇਨ ਪੁੱਲ ਬਣੀ ਰਹੇ ਉਹ ਵੀ ਕਾਫੀ ਬੜੇ ਹੋ ਸਨ, ਔਰ ਇਨਸ਼ਾਅੱਲਾ ਇਸ ਵਲੋਗ ਨੇ ਐਂਡ ਜੀਆਂ ਤੁਸੀਂ ਇਹ ਸਾਰੀ ਜਿਹੜੀ ਰੋਡ ਹੈ ਇੱਕ ਕਵਰ ਕਰੀ ਦੱਸਾਂ, ਔਰ ਜਿਹਨਾਂ ਸਾਡੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਕਰਕੇ ਵੈਸੇ ਕਿ ਸਾਡੇ ਚੈਨਲ ਕੀ ਸਬਸਕ੍ਰਾਈਬ ਕਰੀ ਗਿਨੋ, ਔਰ ਇਸ ਵੀਡੀਓ ਕੀ ਲਾਈਕ ਲਾਜ਼ਮੀ ਕਰੇ। ਸ਼ੁਰੂ ਕਰਨੇ ਆ ਅੱਜ ਦੀ ਇੰਟਰਸਟਿੰਗ ਵੀਡੀਓ। ਅੱਛਾ ਜੀ, ਅਸਲ ਵਿੱਚ ਜਿਹੜੀ ਹੈ ਨਾ ਰੋਡਾਂ ਨਾਲ ਸਾਈਡ ਪਰ ਜਿਹੜਾ ਇਸ ਕੰਮ ਵਾਲੇ ਪੈਪ ਬਣਾਉਣੇ ਪੈਣ ਇੰਟਰਨੈਟ ਨਾਲ, ਅਸਲੀ 'ਚ ਇਹ ਉਹ ਲੱਗੇ ਹੋਏ ਅਤੇ ਸਾਡਾ ਜਿਹੜੀ ਨਾਲੀ ਹੈ ਨਾ ਇਹ ਬਣਾਉਣੇ ਪੈਣ, ਠੀਕ ਹੈ। ਸੋ ਜੇ ਆਹਾਂ ਅੱਜ ਰੋਡ ਸ਼ੋਡ ਜੇ ਪੱਟਣੇ ਪੈਣ ਉਹ ਗੱਲ ਬਿਲਕੁਲ ਕੋਈ ਨਹੀਂ, ਕਿਉਂਕਿ ਫਿਲਹਾਲ ਜਿਹੜੇ ਪੁਲੀਆਂ ਚੁਲੀਆਂ ਡੰਗੇ ਬੰਦ ਸਨ ਉਸ ਨਾਲ ਬਾਅਦ ਜਿਹੜੀ ਰੋਡ ਹੈ ਨਾ ਉਹ ਪੱਟ ਸਨ। ਇਹ ਤਾਂ ਕੀ ਰਿਹਾ ਸੜਕਾਂ ਜਿਹੜੀ ਮੈਂ ਸਿੱਧਾ ਸਾਣ, ਠੀਕ ਹੈ। ਫਿਲਹਾਲ ਤਾਂ ਇਹ ਜਿਹੜੇ ਪੈਪ ਨੇ ਇਸ ਸਾਈਡ ਪਰ ਇਹ ਬਣਾਉਣੇ ਪੈਣ, ਇਹ ਤਾਂ ਕਹਾਂ। ਲੇਕਿਨ ਹੁਣ ਇੱਥੋਂ ਸਾ ਚੱਲੇ ਹਾਂ ਵਾਪਸ, ਹੁਣ ਮੈਂ ਦੱਸਾਂ ਜਿਹੜਾ ਪੁੱਲ ਮੇਨ ਜਿਹੜਾ ਬੜਾ ਪੁੱਲ ਹੈ ਨਾ ਉਹ ਬੰਨਾ ਪਿਆ ਆ, ਉਹ ਕਿਹੜੀ ਜਗ੍ਹਾ ਬੰਨਾ ਅੱਗੇ ਬਾਜ਼ਾਰਾਂ ਨਾਲ ਬਿਲਕੁਲ ਬੰਨ, ਉੱਥੇ ਮਿਸਤਰੀ ਵਗੈਰਾ ਲੱਗੇ ਹੋਏ ਸਨ, ਉਹਨਾਂ ਜਿਹੜੀ ਪੁੱਛਣੇ ਕੰਮ ਕਾਜ ਕਿਹੜਾ ਹੋ ਰਿਹਾ, ਕਿਉਂਕਿ ਥੋੜ੍ਹੀ ਜਿਹੀ ਨਾ ਮਿਸਟੇਕ ਕੀਤੀ ਸੀ ਜਿਹੜਾ ਦੋਕਿਆ ਕੋਲ ਇਹ ਬੰਨੇ ਪਏ ਸਨ, ਡੰਗਾ ਨਹੀਂ ਸਾਈਡ ਪਰ ਆਉਣਾ, ਉਸਨੇ ਵੀ ਜਿਹੜਾ ਪੱਥਰ ਪਾਉਣੇ ਪਏ ਸਨ ਸਾਰੇ ਪੱਥਰ ਪਾਉਣੇ, ਠੀਕ ਹੈ, ਇਤਨਾ ਜ਼ਰਾ ਮਠੀਠ ਪੂਰਾ ਹੋਣਾ ਹੀ ਨਹੀਂ, ਲੇਕਿਨ ਉਹ ਜਿਹੜਾ ਪੱਥਰ ਹੈ ਉਹ ਕੱਚਾ ਖਸਰਾ ਜਿਹਾ ਸ਼ੀਸ਼ਾ ਆਉਣੇ ਹਨ ਉਹ ਪਾਉਣੇ ਪਏ ਸਨ। ਸੋ ਇਸ ਕੇ ਸਾਰੇ ਪਹਿਲਾਂ ਜਾਣ ਦੇਣੇ ਆ, ਫਿਰ ਅਸਾਂ ਚੱਲਦੇ ਹਾਂ ਜਨਾਬ ਪਾਰ। ਠੀਕ ਹੈ, ਜਿਹੜੀ ਬੁੱਕ ਲੈਣ ਆਉਣੇ ਧੋਣੇ ਪੈਣ। ਹੁਣ ਜਨਾਬ ਅਸਾਂ ਚੱਲੀ ਰਹੇ ਹਾਂ ਜਿਹੜਾ ਦੁਲਿਆ ਜੱਟਾਂ ਬਾਜ਼ਾਰ ਹੈ, ਉਹ ਦੁਲਿਆ ਜੱਟਾਂ ਜਿਹੜਾ ਮੇਨ ਏਰੀਆ ਨਾ ਉਸ ਸਾਈਡ, ਔਰ ਉੱਧਰ ਚੱਲੀ ਦਾ ਮਜ਼ੀਦ ਤੁਸੀਂ ਦੱਸਣੇ ਆ ਕਿ ਅੱਗੇ ਹੈ ਕਿ ਜਾ ਕੰਮ ਕਾਜ ਹੈ, ਔਰ ਕਿਆ ਕੁਛ ਉੱਥੇ ਹਾਲ ਹੈ, ਇੱਥੇ ਵੀ ਜਿਹੜੀਆਂ ਨੇ ਪੁਲੀ ਇਹ ਬਣਾਉਣੇ ਪੈਣ, ਇਹ ਤਾਂ ਕਹੋ। ਔਰ ਮੇਨ ਤੁਸੀਂ ਅੱਗਾ ਕਰਨ ਮਕਸਦ ਇਹ ਆ ਕਿ ਕਿਸਾ ਕੀ ਵੀ ਨਾਲ ਪਤਾ ਲੱਗ ਜਾਵੇ, ਔਰ ਖਾਸ ਕਰੀ ਇਸ ਟਾਈਮ ਜਿਹੜੇ ਸਾਡੇ ਪ੍ਰਦੇਸ਼ੀ ਲੀਡਰਾਂ ਨੇ ਉਹਨਾਂ ਕੀ ਵੀ ਅੱਗਾ ਹੋਈ ਜਾਏ, ਉਹਨਾਂ ਕੀ ਪਤਾ ਲੱਗ ਜਾਏ ਕਿ ਰੋਡਾਂ ਦਾ ਕੰਮ ਕਿਤਨਾ ਪਹੁੰਚਿਆ ਔਰ ਕਿਹਾ ਹੋ ਗਿਆ। ਸੋ ਅਸਾਂ ਚੱਲਦੇ ਹਾਂ, ਇਸ ਟਾਈਮ ਮੈਂ ਬਿਲਕੁਲ ਆਈ ਚੁੱਕਿਆ ਜਿੱਦਾਂ ਪੁੱਲ ਬਣਨਾ ਪਿਆ ਇਸ ਸਾਈਡ। ਖਾਨ ਸਾਹਿਬ ਸਾਡਾ ਮੌਜੂਦ ਹਾਂ, ਖਾਨ ਸਾਹਿਬ ਕੀ ਹਾਲ ਹੈ? ਸਿਹਤ ਕੈਸੀ ਹੈ? ਅੱਛਾ, ਕੰਮ ਕੇ ਹਵਾਲੇ ਸੇ ਕੁਛ ਬਤਾਨਾ ਚਾਹੇਂਗੇ, ਕੰਮ ਇਸ ਟਾਈਮ ਕੈਸਾ ਹੋ ਰਹਾ ਹੈ? ਕੰਮ ਬਿਲਕੁਲ ਅੱਛਾ ਹੋ ਰਿਹਾ ਹੈ। ਅੱਛਾ ਹੋ ਰਿਹਾ ਹੈ, ਠੀਕ ਹੈ। ਔਰ ਆਪਨੇ ਸੁਣਾ ਤਾਂ ਹੋਗਾ ਕਿ ਉਧਰ ਖਸਰਾ ਡਾਲ ਰਹੇ ਸੇ ਜਰਾਈ ਕੇ ਪਾਸ ਦਵਾਕ, ਤੋ ਖਸਰਾ ਤੋ ਉਹ ਤੋ ਦੂਸਰਾ ਟੇਕੇਦਾਰ ਹੈ ਨਾ, ਇਹ ਤੋ ਅਸੀਂ ਟੇਕੇਦਾਰ ਕਾ ਕਾਮ ਹੈ। ਅੱਛਾ, ਇਹ ਕਿਸਨੇ ਜ਼ਿੰਮੇ ਹੈ ਜਿਹੜਾ ਆ? ਇਹ ਉਹਨ ਕਾ ਜ਼ਿੰਮੇ ਹੈ ਔਰ ਇਹ ਵਾਲਾ ਜੋ ਹੈ ਇਹ ਮੇਰੇ ਜ਼ਿੰਮੇ ਮੈਂ ਹੈ। ਅੱਛਾ, ਇਹ ਤੁਸਾਂ ਕੁਥਾ ਕੁਥੂ ਕਿਣੀ ਕੁਥਾ ਜੀਆਂ ਕਤੇ ਆਏ ਠੇਕਾ ਇਹਲਾ? ਕਿੰਨੇ ਕਿਲੋਮੀਟਰ ਬਣਨਾ ਤਕਰੀਬਨ ਅੰਦਾਜ਼ਨ? ਪਾਂਚ ਤਕਰੀਬਨ ਕਿਲੋਮੀਟਰ ਬਣਤਾ ਹੋਗਾ, ਸਹੀ। ਸੋ ਇਧਰ ਕਿਆ ਡਾਲਤੇ ਇਸਕੇ ਅੰਦਰ? ਪੱਥਰ ਤੋਂ ਨਹੀਂ ਡਾਲਤੇ ਆਪ? ਪੁੱਲ ਹੈ ਨਾ, ਆਰਸੀਸੀ ਹੈ ਇਹ ਪੁੱਲ, ਉਸ ਰੋਡਾ ਅਟੈਚ ਉਸ ਅਪਲੀ ਨਾਲ, ਬੁਨੀ ਨਾਲ, ਅਪਲੀ ਨਾਲ ਜੀ ਇਧਰ ਵੀ ਆ ਜਾਏਗਾ ਔਰ ਉਧਰ ਪਾਰ ਵੀ ਮਿਲ ਜਾਏਗਾ ਨਾ, ਉਹ ਜੋ ਮੋੜ ਹੈ ਉਹ ਖਤਮ ਹੋ ਜਾਏਗਾ, ਉਹ ਮੋੜ ਇਨਸ਼ਾਅੱਲਾ ਖਤਮ ਹੋ ਜਾਏਗਾ, ਖਤਮ ਹੋ ਜਾਏਗਾ, ਉੱਪਰ ਅਟੈਚ ਹੋਗਾ ਨਾ ਜੀ, ਠੀਕ ਹੈ। ਸੋ ਜਨਾਬ ਚੱਲਨੇ ਆ ਉਸੇ ਦੱਸਨੇ ਆ ਜਿਸਾ ਕਿ ਆਣੇ ਬਿਲ ਕਿ ਇਹ ਹੁਣ ਅੱਪਰ ਕਦਾ ਉਸ ਰੋਡਾਂ ਨਾਲ ਅਟੈਚ ਹੋਇਆ ਨੂੰ ਹੈ, ਇਹ ਫਿਰ ਕਾਫੀ ਬੜਾ ਜਿਹੜਾ ਪੁੱਲ ਹੈ ਇਹ ਬਣ ਸੀ, ਲੇਕਿਨ ਇਹ ਕਿ ਇੰਨਾ ਆਇਆ ਕਿ ਉਹ ਜਿਹੜਾ ਠੇਕਾ ਹੋਰ ਹੈ ਜਿਹੜਾ ਪਰਲਾ ਜਿਹੜਾ ਕੰਮ ਹੈ ਜਿਹੜਾ ਦੀ ਸਾਈਡ ਇਹ ਜਿਹੜਾ ਠੇਕਾ ਨਾ ਇਹ ਇੰਨਾ ਕੋਲ ਹਮੇਸ਼ਾ ਹੈ।
ਜਿਸਾ ਕੇ ਬਾਣੇ ਪਏ ਨਾ ਕਿਆ ਪਿਛਲੀ ਗੱਲ ਨਾ ਮੀ ਨਹੀਂ ਪਤਾ ਲੇਕਿਨ ਹੈਗੇ ਇਸ ਸਾਈਡ ਮਟੀਰੀਅਲ ਵਗੈਰਾ ਜੇ ਸਾਰਾ ਸਟਾਇਆ ਆਪਣੇ ਤਾਂ ਬੁੰਜੜੀ ਤੋਂ ਪੁੱਲ ਦੱਸਣੇ ਆ ਕਿ ਇਸ ਟਾਈਮ ਇਸ ਨਾਲ ਨਾਪ ਕੇ ਜਿਹਾ ਕੰਮ ਹੋ ਰਿਹਾ ਵਾ ਇਹ ਤੱਕ ਨਹੀਂ ਹੋ ਸੋ ਮਸੇ ਮਸੇ ਅਪਰ ਐਨ ਮਿਸ਼ਾ ਕਿ ਛੁੱਟੀ ਨਾਲ ਟਾਈਮ ਹੋ ਗਿਆ ਆ ਲੇਕਿਨ ਹੈ ਕਿ ਇਹ ਲੱਗੇ ਹੋਏ ਸਨ ਸੋ ਜੀ ਇਹ ਨਿਊਜ਼ ਹੈ ਫਿਲਹਾਲ ਤਾਂ ਇਸਨੇ ਜਿਹੜੇ ਪਿਲਰਸ ਐਨ ਆਰਟ ਆਰ ਸੀ ਸੀ ਠੀਕ ਹੈ ਤਾਂ ਇਹ ਬਣਾਉਣੇ ਪੈਣ ਇਹ ਮੈਨੂੰ ਦੱਸਣਾ ਆ ਜਿਸ ਤਰ੍ਹਾਂ ਕਿ ਬਾਣੇ ਪੈਣ ਕੇ ਫਿਲਹਾਲ ਤਾਂ ਬਿਲਕੁਲ ਹਾਲਸ ਮਾਲ ਦਾ ਬੜਾ ਜ਼ਬਰਦਸਤ ਕੰਮ ਹੋ ਰਿਹਾ ਲੇਕਿਨ ਅਗਲੀ ਗੱਲ ਮੈਂ ਨਹੀਂ ਪਤਾ ਕਿ ਅੱਗੇ ਕਿਹੋ ਜਿਹਾ ਸੀ ਲੇਕਿਨ ਇਹ ਕਿ ਉਮੀਦ ਹੈ ਇਨਸ਼ਾਅੱਲਾ ਬਿਹਤਰੀਨ ਕੰਮ ਹੋ ਸੀ ਕਿਉਂਕਿ ਜਿਹੜਾ ਸਾਰਾ ਕੰਮ ਸੀ ਪਤਾ ਕਿ ਸਾਰਾ ਮਨਜ਼ੂਰ ਵਗੈਰਾ ਕਰਾਉਣਾ ਚੌਧਰੀ ਯਾਸੀਨ ਸਾਹਿਬ ਨੇ ਜ਼ਿੰਮੇ ਸੀ ਤਾਂ ਫਿਲਹਾਲ ਤਾਂ ਇਹ ਦੱਸੀ ਰਹੇ ਨੇ ਕਿ ਇਨਸ਼ਾਅੱਲਾ ਜਿਹੜਾ ਕੰਮ ਹੈ ਨਾ ਬਿਹਤਰੀਨ ਹੋ ਸੀ ਅੱਗੇ ਜਿਹੜਾ ਹੋਇਆ ਸੀ ਨਾ ਅੱਗੇ ਤਕਰੀਬਨ 15 ਸਾਲ ਹੋ ਚੁੱਕੇ ਨੇ ਇਹ ਤਾਂ ਕੀ ਰਹੋ ਜਨਾਬ ਮੈਂ ਮੌਜੂਦ ਹਾਂ ਦੁਲੀਆ ਜੱਟਾ ਬਾਜ਼ਾਰ ਦੇ ਅੰਦਰ ਇਸ ਟਾਈਮ ਜਿਹੜੀ ਸ਼ਖਸੀਅਤ ਮਾਨਾ ਮੌਜੂਦ ਹਨ ਮਾੜੇ ਸਾਰ ਹਨ ਬਹੁਤ ਹੀ ਮੌਜੂਦ ਹਨ ਸਲਾਮ ਅਲੈਕੁਮ ਠੀਕ ਹੋ ਹੈ ਬਿਲਕੁਲ ਹੁਣ ਪਿੱਛੇ ਜਿਹੜਾ ਵਾਕਿਆ ਹੋਇਆ ਸੀ ਮੌਕੇ ਪਰ ਇਹ ਮੌਜੂਦ ਸਨ ਅਸਾਂ ਰੋਡ ਪਰ ਤਕਰੀਬਨ ਹਰ ਰੋਜ਼ ਫੇਰਾ ਹਰ ਬੰਦੇ ਨੇ ਮਹੱਲੇ 'ਚ ਜਾਣਾ ਅਸ਼ਨੇ ਨਾਲ ਲੱਗਣਾ ਸੀ ਅੱਛਾ ਉਸਨੇ ਦੌਰਾਨ ਫਰਦਨ ਫਰਦਨ ਕੋਈ ਐਸਾ ਬੰਦਾ ਨਹੀਂ ਜਿਸ ਉਹਨਾਂ ਕੀ ਮਾਨਾ ਨਹੀਂ ਲੇਬਰ ਕੀ ਕੀਤਾ ਜਾਂ ਮੁਨਸ਼ੀ ਕੀ ਕੱਚੇ ਪੱਥਰ ਨਾ ਬਹੁ ਪੱਕਾ ਪੱਥਰ ਜਾਂ ਜਿਸ ਤਰ੍ਹਾਂ ਗੌਰਮੈਂਟ ਨੇ ਮਿਆਰ ਦੇ ਮੁਤਾਬਕ ਤੁਸਾਂ ਕੀ ਦੱਸਿਆ ਗਿਆ ਉਸ ਤਰ੍ਹਾਂ ਨਹੀਂ ਇਹ ਚੀਜ਼ਾਂ ਬਣਾਓ ਜੀ ਇਹ ਡੰਗੇ ਬਣਾਓ ਜਾਂ ਪੁਲੀਆਂ ਬਣਾਓ ਲੇਕਿਨ ਉਹ ਉਸ ਤੋਂ ਕਸ ਤੋਂ ਮਸ ਨਹੀਂ ਹੋਏ ਜਿਹਦੀ ਵਜ੍ਹਾ ਤੋਂ ਸਾਰੀ ਆਵਾਮ ਨਿਕਲੀ ਹਰ ਮਹੱਲੇ ਦੀ ਕਮੇਟੀ ਦੋ ਦੋ ਚਾਰ ਚਾਰ ਬੱਚੇ ਇਕੱਠੇ ਹੋਏ ਨੌਜਵਾਨ ਉਹਨਾਂ ਆਪਣੀ ਕਮੇਟੀ ਤਸ਼ਕੀਲ ਦਿੱਤੀ ਆ ਔਰ ਉਸਦੀ ਨਿਗਰਾਨੀ 'ਚ ਹੁਣ ਕੰਮ ਸ਼ੁਰੂ ਹੈ ਫਿਰ ਵੀ ਥੋੜ੍ਹੀ ਜਿਹੀ ਗਫਲਤ ਹੈ ਜਿਹੜਾ ਅਸਨੇ ਹੁਣ ਪੁਲੀਆਂ ਨੇ ਲੈਂਟਰ ਪਏ ਜਾਂ ਡੰਗਿਆਂ ਪਰ ਸਿਰਫ ਤਰੇ ਜਿਹੜੇ ਉਹਨਾਂ ਪਰ ਪਾਣੀ ਪਿਆ ਉਸ ਤੋਂ ਬਾਅਦ ਲੇਬਰਾਂ ਚਲੀਆਂ ਗਈਆਂ ਉਹ ਖੁਸ਼ਕ ਹਨ ਉਹਨਾਂ ਨੇ ਕਹਿ ਬੁਨਿਆਦ ਰਹੇ ਸੀ ਉਹਨਾਂ ਨੇ ਕਹਿ ਤਾਕਤ ਰਹੇ ਸੀ ਲਿਹਾਜ਼ਾ ਜਿਹੜਾ ਮਹਿਕਮਾ ਜਾਂ ਅਖਤਿਆਰ ਹਨ ਉਹਨਾਂ ਕੀ ਇਸ ਬਾਰੇ ਵੀ ਨੋਟਿਸ ਹੀ ਨਾ ਚਾਹੀਦਾ ਔਰ ਉਹ ਨਿਗਰਾਨੀ ਕਰਨੀ ਚਾਹੀਦੀ ਹੈ ਤੱਕਣਾ ਚਾਹੀਦਾ ਵੀ ਅਗਰ ਕੰਮ ਸ਼ੁਰੂ ਹੈ ਉਸੀ ਛੋੜੀ ਦਾ ਆਦਾ ਜਾਣੇ ਨੇ ਪਏ ਤਾਂ ਇਸ ਨਾਲ ਨੁਕਸਾਨ ਕੁਛ ਕੀ ਹੋ ਸੀ ਇਹ ਆਵਾਮ ਕੀ ਨੁਕਸਾਨ ਹੈ ਤਾਂ ਆਵਾਮ ਤਾਂ ਫਿਰ ਵੈਲਾ ਕਰ ਸੀ ਉਸ ਰੋਲਾ ਬਣਾ ਆ ਅਤੇ ਮਜ਼ੀਦ ਜਿਹੜਾ ਪੁਲੀਆਂ ਨਾਲ ਰਹਿਣਾ ਕੰਮ ਉਸਕੀ ਵੀ ਪਾਇਆ ਤਕਮੀਲ ਤੱਕ ਪਹੁੰਚਾਉਣ ਕੋਸ਼ਿਸ਼ ਕਰਨ ਨਾ ਹੋ ਸੀ ਤਾਂ ਫਿਰ ਅਸਾਂ ਇਨਸ਼ਾਅੱਲਾ ਇਸ ਨੂੰ ਭਰਪੂਰ ਆਵਾਜ਼ ਉਠਾ ਕਹਿਣੇ ਹੋ ਕਿ ਹੁਣ ਜੇ ਰੋਡਾ ਵਿੱਚ ਇਸ ਤਰੀਕੇ ਨੂੰ ਨਾ ਗਫਲਤ ਕੀਤੀ ਆ ਦੋ ਨੰਬਰੀ ਅਸੀਂ ਸਾਣੇ ਆ ਉਹ ਕਤੀ ਨਾ ਤੇਰੇ ਕਹਿ ਕੇ ਉਹ ਕਿਸੇ ਕੀਮਤ ਪਰ ਬਰਦਾਸ਼ਤ ਨਾ ਕਰਨ ਲੱਗੇ ਆ ਹਰ ਬੱਚਾ ਬੂੜਾ ਜਿਤਨੇ ਵੀ ਆਇਆ ਨਾ ਇਸ ਏਰੀਏ ਨੂੰ ਆਵਾਜ਼ ਉਠਾ ਸੀ ਸਹੀ ਹਾਂ ਉਹਨਾਂ ਅੱਗੇ ਆਖਿਆ ਸੀ ਵੀ ਵਰਕ ਆਰਡਰ ਭੇਜੋ ਉਹਨਾਂ ਸਿਰਫ ਅਸਾਂ ਕੀ ਚਾਰ ਸਫ਼ਿਆਂ ਪਰ ਟੈਂਪਰੇਰੀ ਟਰਕਾਈ ਦੇ ਭੇਜ ਛੋੜਿਆ ਇਹ ਚੀਜ਼ ਨਹੀਂ ਅਸਾਂ ਕਿ ਇਹ ਦੱਸਿਆ ਜਾਏ ਭਾਈ ਡੰਗੇ ਕਹਿ ਮਿਆਰ ਹੈ ਕਿਤਨੀ ਬਾਜਰੀ ਨਹੀਂ ਰੇਸ਼ੋ ਹੈ ਸੀਮਿੰਟ ਵੀ ਕਿਤਨੀ ਰੇਸ਼ੋ ਹੈ ਉਸਨੇ ਪੱਥਰ ਕਿਤਨੇ ਬਣੇ ਨੇ ਇਹ ਚੀਜ਼ਾਂ ਨਾ ਸਰੀਏ ਨੇ ਬਾਰੇ ਦੱਸਿਆ ਗਿਆ ਨਾ ਆਪਣੇ ਕਿਸੇ ਚੀਜ਼ ਬਾਰੇ ਉਸਨੇ ਜੋ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਲਿਖੀ ਹੋਈ ਮੈਂ ਤੱਕੀ ਜਿਹੜੀ ਮਾੜੇ ਸਮਝੀ ਜਿਹਾ ਹੈ ਅਸੀਂ ਪੂਰਾ ਡੇਟਾ ਦੱਸਣ ਜਾਂ ਸਮਝਾਉਣ ਜ਼ਬਾਨੀ ਭਾਈ ਇਸ ਨਾਲ ਕਹਿ ਰੇਸ਼ੋ ਹੈ ਕਿਸ ਤਰ੍ਹਾਂ ਦੀ ਪੁਲੀ ਹੋ ਸੀ ਕਿਤਨੀ ਹਾਈਟ ਹੋ ਸੀ ਉਸਨੇ ਸਰੀਆ ਕਹਿ ਤਰੀਕਾਕਾਰ ਹੋ ਸੀ ਇਹ ਚੀਜ਼ਾਂ ਸਮਝਾਉਣੇ ਵਾਲੀਆਂ ਨੇ ਲੇਕਿਨ ਅਸੀਂ ਕੋਈ ਆਪਣੇ ਇਖਤਿਆਰ ਹੈ ਜਾਂ ਤੁਹਾਡੀ ਸਮਝਾਉਣੇ ਵਾਸਤੇ ਤਿਆਰ ਨਹੀਂ ਕਿਸਦੀ ਵਜ੍ਹਾ ਨਹੀਂ ਸਮਝ ਆਈ ਰਹੀ ਕਹਿ ਵਜ੍ਹਾ ਹੈ ਹੁਣ ਅਗਰ ਨਾਕਸ ਇਹ ਕੰਮ ਕਰਤਾ ਗੱਲ ਕਹਿਣੇ ਕਿ ਰੋਡ ਬੰਦ ਕਰੀ ਹੁਣ ਸੀ ਆਵਾਮ ਤੇ ਜ਼ਾਹਿਰ ਨੋਟਿਸ ਇਨ ਸੀ ਸੀ ਜਬ ਸਵਾਲ ਹੀ ਨਹੀਂ ਪੈਦਾ ਹੋਣਾ ਛੋੜ ਸਹੀ ਇਹ ਅਸੀਂ ਸਦੀਆਂ ਬਾਅਦ ਸਮਝੀ ਕਰੋ ਕਈ ਸਾਲਾਂ ਬਾਅਦ ਇੱਕ ਚੀਜ਼ ਲੱਭਣ ਲੱਗੀ ਹੈ ਤਾਂ ਉਹ ਫਿਰ ਅਧੂਰੀ ਨਹੀਂ ਅਧੂਰੀ ਰਵੇ ਤਾਂ ਇਹ ਕਿਸੇ ਕੀਮਤ ਨਾਲ ਬਰਦਾਸ਼ਤ ਕਰਨ ਲੱਗੇ ਚੌਧਰ ਸਾਹਿਬ ਅੱਗੇ ਵੀ ਰਿਕੁਐਸਟ ਹੈ ਵੀ ਤੁਸੀਂ ਅਗਰ ਇਹ ਰੋਡ ਦਿੱਤੀ ਹੈ ਅਤੇ ਮਹਿਕਮੇ ਕੀ ਤੁਸੀਂ ਅਖਤਿਆਰ ਬਣਾਇਆ ਵਾ ਤਾਂ ਉਹਨਾਂ ਦੀ ਡਿਊਟੀ ਲਓ ਬਈ ਇਸ ਨੇ ਪਰ ਕੜੀ ਨਿਗਰਾਨੀ ਕਰਨ ਇਹ ਨਹੀਂ ਵੀ ਹੁਣ ਲੈਂਟਰ ਪਾਈ ਤਰੇ ਦੜੇ ਉਸ ਨੇ ਪਰ ਪਾਣੀ ਪਿਆ ਤਾਂ ਉਸ ਤੋਂ ਬਾਅਦ ਗਾਇਬ ਹਨ ਸਹੀ ਇਸ ਤਰ੍ਹਾਂ ਤਾਂ ਨਹੀਂ ਇਹ ਕੰਮ ਚੱਲਣ ਲੱਗਾ ਤਾਂ ਮੈਂ ਕਰਨ ਲੱਗਾ ਆਇਆ ਜਨਾਬ ਮੌਜੂਦਾ ਸੂਰਤ ਹਾਲ ਸਾਡੀ ਰੋਡਾਂ ਨਹੀਂ ਤੱਕਣੇ ਪਏ ਹੋ ਮੈਂ ਆਣਾ ਕਿ ਇਤਨੀ ਬਦਤਰੀਨ ਹਾਲਤ ਹੈ ਨਾ ਹੁਣ ਸਾਪਿਆਂ ਅੰਦਾਜ਼ਾ ਲਓ ਕਿ ਇਤਨੇ ਸਾਲਾਂ ਤੋਂ ਬਾਅਦ ਇਸ ਰੋਡਾਂ ਪਰ ਕੰਮ ਹੋ ਹੀ ਰਿਹਾ ਔਰ ਉਹ ਵੀ ਅਗਰ ਨਾਕਸ ਹੋਇਆ ਫਿਰ ਆਵਾਮ ਕਹਿ ਕਰ ਸੀ ਆਵਾਮ ਕੁਦਰ ਜਾ ਸੀ ਅਤੇ ਉਹ ਸਾਲਾਂ ਬਾਅਦ ਦੋ ਸਾਲਾਂ ਬਾਅਦ ਫਿਰ ਰੋਡ ਹੀ ਆ ਜੀ ਹੋਈ ਉਸੀ ਸਮਝੀ ਗਏ ਹੋ ਇਹ ਸਾਡਾ ਜਿਹੜੇ ਡੰਗੇ ਨੇ ਜਰਾ ਇਦੂ ਟੱਟੀ ਹੈ ਡੰਗੇ ਛੰਗੇ ਬੰਨ ਲਾਉਣੇ ਲੇਕਿਨ ਤੱਕਣੇ ਆ ਕੇ ਕਿਆ ਬਣਨਾ ਇਹ ਜਨਾਬ ਇਸ ਰੋਡਾਂ ਦੀ ਦੀਵਾਰ ਹੈ ਜਿਸ ਕਰਕੇ ਮੈਂ ਜ਼ਿਕਰ ਕੀਤਾ ਸੀ ਇਸ ਤਰੀਕੇ ਨਾਲ ਡੰਗੇ ਛੰਗੇ ਔਰ ਹਾਜ਼ ਕਰੀ ਸਾਰਾ ਜਿਹੜੀਆਂ ਆਰ ਸੀ ਸੀ ਦੀਵਾਰਾਂ ਉਹ ਬਣਾਉਣੇ ਪੈਣ ਐਸ ਅਸਲੀ ਪੱਥਰ ਨਾਲ ਰੋਲਾ ਸੀ ਇਹਦਾ ਹੈਰ ਮੂਨ ਮਜ਼ਬੂਤ ਪੱਥਰ ਹੈ ਨਾ ਠੀਕ ਹੈ ਜਿਹੜਾ ਪੱਥਰ ਹੈ ਬਾਹਣੇ ਪੈਣ ਐਸ ਨੂੰ ਦਿਸਣਾ ਪਿਆ ਆ ਇਹ ਅਕਸਰ ਲੋਕ ਕੋਈ ਵੀ ਜਿਹੜਾ ਠੇਕਦਾਰ ਹੈ ਜਿਹੜਾ ਇਤਨਾ ਮਟੀਰੀਅਲ ਪੂਰਾ ਨਹੀਂ ਹੋਣਾ ਬਾਹਣੇ ਲੇਕਿਨ ਉਹ ਮਜ਼ਬੂਤ ਹੋਣਾ ਵਾ ਲੇਕਿਨ ਮੈਂ ਇੱਕ ਚੀਜ਼ ਇੱਥੇ ਤੱਕੀ ਹੈ ਜਿਹੜਾ ਕਿ ਬੜਾ ਡਿਸਅਪੋਇੰਟਮੈਂਟ ਹੋਇਆ ਉਸ ਦਾ ਇੱਥੋਂ ਮੈਂ ਗੁਜ਼ਰਾਂ ਵੀ ਆਇਆ ਸਾਂ ਉਹਲੇ ਮੈਂ ਤੱਕੀ ਸੀ ਕਿ ਜਨਾਬ ਇੱਥੇ ਵੀ ਤਰੋੜੇ ਵੀ ਤੁੰਨੇ ਵੇ ਨੇ ਹੁਣ ਇਸ ਸਾਈਡ ਤੱਕ ਹੁਣ ਇਹ ਕੋਈ ਤਰ੍ਹਾਂ ਚਾਰ ਤਰੋੜੇ ਨੇ ਇੱਥੇ ਤੁੰਨੀ ਦਾ ਇਹ ਜਨਾਬ ਵਿੱਚ ਕਵਰ ਕੀਤੇ ਵੇ ਨੇ ਮੈਨੂੰ ਸਾਫ ਇਹ ਦੱਸੋ ਕਿ ਹੁਣ ਇਤਨਾ ਜਿਹਾ ਮਟੀਰੀਅਲ ਕਿਤਨਾ ਕੁ ਪੈਣਾ ਆ ਪੂਰੀ ਜਿਹੜੀ ਦੀਵਾਰ ਹੈ ਇਹ ਜਨਾਬ ਹੁਣ ਇੱਥੋਂ ਬਰਬਾਦ ਹੋ ਗਿਆ ਸੀ ਫਿਲਹਾਲ ਨਹੀਂ ਹੋਣੀ ਜਿਲਾ ਇਸਨੇ ਜਾਂ ਟਾਈਮ ਗੁਜ਼ਰ ਸੀ ਉਲਾਓ ਸੀ ਲੇਕਿਨ ਹੈਗੇ ਸਾਫ ਇਹ ਤੱਕੋ ਠੀਕ ਹੈ ਜੇ ਹਣ ਕੋਈ ਹਾਦਸਾਤੀ ਤੌਰ ਪਰ ਪਏ ਵੇ ਨੇ ਉਹ ਗੱਲ ਤਾਂ ਬਿਲਕੁਲ
ਇਹ ਜਨਾਬ ਬਿਲਕੁਲ ਪ੍ਰੋਪਰ ਉਸ ਪੱਤਰੀ ਨੇ ਵਿੱਚ ਰੱਖੀ ਨਾ ਤੇ ਇਹ ਵਿੱਚ ਰੱਖੇ ਗਏ ਨੇ। ਇਹ ਕੈਸ ਨਹੀਂ ਮਜ਼ਬੂਤੀ ਉਸੀ ਜਿਹੜੇ ਇਸ ਟਾਈਮ ਇਹਨਾਂ ਜਿਹੜੇ ਇਹਨਾਂ ਚੀਜ਼ਾਂ ਕਿ ਜਿਹੜੇ ਬੰਦੇ ਜਾਣਦੇ ਨਾ ਉਹਨੇ ਪਤਾ ਉਸੀ ਕਿ ਇਹ ਤਰੋੜੇ ਸ਼ਰੋੜੇ ਕਿੰਨੀਆਂ ਕਿੰਨਾ ਨਹੀਂ ਮਜ਼ਬੂਤੀ ਹੋਣੀ ਹੈ। ਲੇਕਿਨ ਇਹ ਕਿ ਇੱਥੇ ਆਵਾਮ ਬਿਲਕੁਲ ਚੁੱਪ ਹੈ, ਆਵਾਮ ਨਹੀਂ ਬੋਲੀ ਸਕਣੀ। ਅਸਲੀ 'ਚ ਜਿਹੜਾ ਬੰਦਾ ਕੰਮ ਸ਼ੰਮ ਕਰਾਉਣਾ ਆਉਣਾ ਨਾ ਉਸੇ ਪਤਾ ਆ ਕਿ ਕੰਸਟਰਕਸ਼ਨ ਦਾ ਕੰਮ ਇਸਨੇ 'ਚ ਕਿਤਨਾ ਜ਼ਿਆਦਾ ਜਨਾਬ ਦਿਮਾਗਿਆਂ ਨਾਲ ਯੂਜ਼ ਕਰਨਾ ਪੈਣਾ ਔਰ ਖਾਸ ਕਰੀ ਜਿਹੜਾ ਇਹ ਬਣੀ ਜਾਣ ਲੈਂਟਰ ਵਗੈਰਾ ਇਹਨੀ ਜਿਹੜੀ ਤਰਾਈ ਜਾਣ ਉਹ ਦੇਣੀ ਪੈਣੀ ਆ। ਹੁਣ ਇਹ ਮਿਸ਼ਕਾ ਬਣਾਈ ਤਾਂ ਗਏ, ਇੱਕ ਵਾਰੀ ਤਰਾਈ ਆ ਉਹ ਲਾਈ ਤਾਂ ਗਏ, ਉਸਨੇ ਬਾਅਦ ਮਜ਼ਦੂਰ ਗਏ ਉੱਠੇ ਪਾਣੀ ਟੈਂਕੀ ਸ਼ੈਂਕੀ ਸਾਰਾ ਕਿਣੀ ਗਏ। ਹੁਣ ਦੋਹਰੀ ਵਾਰੀ ਇਸਕੀ ਤਰਾਈ ਕੋਲ ਲਾ ਸੀ, ਇਹ ਘੱਟ ਤੋਂ ਘੱਟ ਦੋ ਤਰੇ ਚਾਰ ਵਾਰੀ ਤਰਾਈ ਲਾਉਣੀ ਪੈਣੀ ਹੁਣ। ਇਹ ਤਾਂ ਕੌਣ, ਇਹ ਜਨਾਬ ਇਹ ਸਿਮਟ ਹੈ, ਠੀਕ ਹੈ, ਇਹ ਤੱਕਣੇ ਪਿਓ ਇਸਕੀ ਸਹੀ ਤਰਾਈ ਲੱਗੀ ਵੈ ਨਾ ਤਾਂ ਫਿਰ ਜਨਾਬ ਇਹ ਜਿਹਦੇ ਮਜ਼ਬੂਤੀ ਪਾਉਣਾ ਆ। ਅਪਰ ਬੰਤੇ ਵੀ ਨਹੀਂ ਇਸਨੇ ਹਾਣੇ, ਲੇਕਿਨ ਇਹ ਕਿ ਇੱਥੇ ਤਰਾਈ ਨਾ ਨਹੀਂ ਕੋਈ ਚੀਜ਼ ਨਹੀਂ। ਅੱਛਾ ਜੀ, ਇਹ ਆ ਸਾਡੀ ਲਾਸਟ ਲੋਕੇਸ਼ਨ ਜਿਹੜਾ ਕਿ ਮੈਂ ਦੱਸਣ ਤੁਸੀਂ ਆਇਆ ਹਾਂ, ਔਰ ਇਸ ਮੇਨ ਜਿਹੜਾ ਰੋਲਾ ਹੋਇਆ ਸੀ ਨਾ ਇੱਥੋਂ ਹੋਇਆ ਸੀ। ਹੁਣ ਇਹ ਤਾਂ ਕੀ ਰਿਹਾ ਨਾ, ਉਹ ਜਨਾਬ ਦੀਵਾਰ ਹੈ, ਠੀਕ ਹੈ, ਉਸ ਦੀਵਾਰਾਂ ਨਾਲੋਂ ਇੰਨਾ ਇੱਥੋਂ ਬੈਂਡ ਕੱਤੀ ਹੈ ਦੀਵਾਰ, ਇਹ ਨਾਲ ਨਾਲ ਕੱਤੀ ਨੇ, ਠੀਕ ਹੈ, ਜਿਹਦਾ ਵੈਸੇ ਤਕਰੀਬਨ ਇੱਥੇ ਜੇ ਸੀ ਪਹਿਲਾਂ, ਇਹ ਤਕਰੀਬਨ ਇੱਥੇ ਜਾ ਸੀ, ਇਹ ਤਕਰੀਬਨ 2.5-3 ਫੁੱਟ ਜਾਂ ਇਸ ਨੇ ਤੋਂ ਵੀ ਜ਼ਿਆਦਾ ਇਹ ਅੰਦਰ ਕੱਤੀ ਨੇ। ਔਰ ਬਾਕੀ ਅੱਗੇ ਜਿਹੜੀ ਮੈਂ ਦੱਸਣਾ ਆ, ਇਹ ਉਹ ਖਸਰਾ ਆ, ਇੱਥੋਂ ਆਵਾਮ ਚਾਹਣ ਵੀ ਨਹੀਂ ਦਿੱਤਾ ਔਰ ਇੱਥੇ ਮਜ਼ੀਦ ਅੱਗੇ ਇਹ ਕੰਮ ਆਉਣ ਵੀ ਨਹੀਂ ਦਿੱਤਾ ਉਹਨਾਂ, ਇਹ ਸਾਰੀ ਬਣਾਇਆ ਇਹ ਖਸਰਾ ਨੇ, ਠੀਕ ਹੈ, ਜਿਹੜਾ ਕਿ ਹੱਥਾਂ ਨਾਲ ਟੁੱਟੀ ਜਾਣਾ। ਮੈਂ ਦੱਸਾਂ ਇਹ ਤੱਕਣੇ ਹੋ, ਇਹ ਬਿਲਕੁਲ ਤਰੋੜੋ ਨਾ ਟੁੱਟੀ ਜਾਣਾ ਆ, ਔਰ ਇਸਨੇ ਕਿਆ ਮਜ਼ਬੂਤੀ ਹੋਈ ਸੀ, ਮੇਨ ਜਨਾਬ ਇੱਥੋਂ ਰੋਲਾ ਹੋਇਆ ਵਾ। ਔਰ ਉਮੀਦ ਹੈ ਕਿ ਨੈਕਸਟ ਟਾਈਮ ਜਿਹਨਾਂ ਨੇ ਠੇਕਾ ਆਇਆ ਮੈਂ ਨਾ ਜਾਣਾ ਉਹਨਾਂ ਕੀ, ਲੇਕਿਨ ਇਹ ਕਿ ਇਹ ਜਿਹੜਾ ਸਾਰਾ ਪੈਸਾ ਆਇਆ ਨਾ ਕਿਸੇ ਨਾ ਵੀ ਨਹੀਂ, ਇਹ ਸਾਡਾ ਪੈਸਾ ਆ ਜਿਹੜਾ ਅਸੀਂ ਟੈਕਸ ਦੇਣੇ ਆ ਨਾ, ਉਹ ਹੈ ਜਨਾਬ ਟੈਕਸ ਇੱਥੇ ਲੱਗਣਾ ਪਿਆ, ਆਵਾਮ ਨਾਲ ਪੈਸਾ ਆ ਔਰ ਆਵਾਮ ਨਾਲ ਹੱਕ ਬਣਨਾ ਆ ਬੋਲਣਾ, ਔਰ ਕਿਉਂਕਿ ਸਾਰੇ ਕੰਮ ਹੋ ਰਿਹਾ ਔਰ ਅਸਾਂ ਕੱਲ੍ਹ ਇੱਥੋਂ ਗੁਜ਼ਰ ਸਾਂ, ਔਰ ਅਗਰ ਕੱਲ੍ਹ ਡੈਮੇਜ ਹੋ ਸੀ ਰੋਡ ਹੈਗੀ ਨੁਕਸਾਨ ਕੁਛ ਨਾ ਆ ਸਾਡਾ ਹੀ ਆ ਨੁਕਸਾਨ। ਸੋ ਉਮੀਦ ਆ, ਉਮੀਦ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਸਮਝ ਗਏ, ਸੋ ਸਾਰੇ ਕੀ ਬੇਦਾਰ ਕਰਨਾ ਔਰ ਉਸਨੇ ਬਾਅਦ ਤੁਸੀਂ ਦੱਸਣਾ ਕਿ ਇਹ ਕੁਝ ਹਾਲਾਤ ਨੇ, ਔਰ ਉਮੀਦ ਹੈ ਕਿ ਹੁਣ ਨਾਕਸ ਕੰਮ ਨਹੀਂ ਆਉਂਦਾ। ਸੋ ਉਮੀਦ ਕੀ ਦਿਓ ਇਸ ਗੱਲਾਂ ਨੇ ਇਜਾਜ਼ਤ, ਔਰ ਨੈਕਸਟ ਇਨਸ਼ਾਅੱਲਾ ਜਿਹੜਾ ਪ੍ਰੋਪਰ ਕੰਮ ਸ਼ੁਰੂ ਹੋਇਆ ਨਹੀਂ ਇਸ ਰੋਡਾਂ ਨਾਲ ਇਨਸ਼ਾਅੱਲਾ ਬਲੌਗ ਅਸੀਂ, ਔਰ ਆਪਣਾ ਬਹੁਤ ਸਾਰਾ ਖਿਆਲ ਰੱਖੇ, ਮੀਗੀ ਆਪਣੀ ਦੁਆ ਜਨਾਬ ਯਾਦ ਰੱਖੇ, ਅੱਲਾ ਸੁਣਨ ਵਾਲਾ।